वाहिगुरु जी की फतेह जी। अज असी आए हुए हैं गुरद्वारा दुख निवारण गुरु का ताल आगरा विखे। ये जड़ा स्थान आ ये चार पातशाहियां दी चरण छोह प्राप्त आ। पहले पातशाह धन गुरु नानक साहब जी, छेवें पातशाह मीरी पीरी के मालक शिव हरगोबिंद साहब जी, नौवें पातशाह गुरु तेग बहादुर साहिब ते दसवें पातशाह गुरु गोबिंद सिंह जी महाराज इस स्थान के उत्ते आए हैं। जदों औरंगजेब कश्मीरी पंडितां नूं तंग करदा सीगा, उन्हां दे जनेऊ लाउंदा सी, उदों पातशाह उन्हूं रोकण लई शहीदी देण लई जदों दिल्ली जाणा सी उदों पातशाह उरे रुके ने। इह स्थान भोरा साहिब आ जिथे उन्होंने महाराज नूं नज़रबंद किया गया सी, उस स्थान दे तुहानूं दर्शन करावांगे। मंजी साहिब आ गुरद्वारा साहिब, उहदे दर्शन करावांगे। ते अज नाल साडे बेटे दा सीगा जन्मदिन, ते असीं सोचिया वी अज असीं जिहड़ा अपने बेटे दा जन्मदिन आ पातशाह दी चरण छोह प्राप्त स्थान दे उत्ते मनावांगे ते महाराज दीआं खुशियां लवांगे जी। इस लई असीं अज इस स्थान दे उत्ते आए होए आं। अज साडे स्पीकर सभजीत सिंह का जन्मदिन है, तो इसकी खुशी के महाराज जी अगे अरदास करते हैं कि इस लंबिया उम्र तंदुरुस्तियाँ बख्शे। तो मैं हरेक माँ के पुत्र यही अरदास करती है कि उन्हों की लंबी उम्र से चढ़ती कला लिए अरदास करते हैं। बस असं यही चाहते भी परमात्मा हर एक धी पुत चढ़ती कला तंदुरुस्तियाँ बख्शे। यही असं इस स्थान के उत्ते आकर अरदास करते हैं महाराज जी। वाहेगुरु जी का खालसा वाहेगुरु जी की फतेह। असं दर्शन करते हैं जी आप नाले थोनू कराने जी। आओ चलते हैं गुरद्वारा साहब। ਇਹ ਸੋਹਣਾ ਉੱਚਾ ਨਿਸ਼ਾਨ ਸਾਹਿਬ ਲੱਗਿਆ ਹੋਇਆ ਜੀ, ਹਾਈਡਰੋਲਿਕ ਨਿਸ਼ਾਨ ਸਾਹਿਬ ਆ, ਇਹ ਬਹੁਤ ਸੋਹਣਾ ਆ ਇਹ ਨਿਸ਼ਾਨ ਸਾਹਿਬ ਲੱਗਿਆ ਹੋਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਸਥਾਨ ਆ ਮੰਜੀ ਸਾਹਿਬ ਗੁਰਦੁਆਰਾ ਸਾਹਿਬ ਜਿੱਥੇ ਨੌਵੇਂ ਪਾਤਸ਼ਾਹ ਨੇ ਆ ਕੇ ਡੇਰੇ ਲਾਏ ਸੀ, ਇਸ ਸਥਾਨ ਦੇ ਉੱਤੇ ਬੈਠੇ ਸੀਗੇ। ਅਤੇ ਇਹ ਸਥਾਨ ਨੇੜਿਓਂ ਵੀ ਤੁਹਾਨੂੰ ਅਸੀਂ ਦਰਸ਼ਨ ਕਰਾਉਂਦੇ ਹਾਂ। ਜਿਹੜਾ ਇਹ ਗੁਰਦੁਆਰਾ ਸਾਹਿਬ ਆ ਗੁਰੂ ਕਾ ਤਾਲ ਵੱਜਦਾ, ਤਾਲ ਦਾ ਭਾਵ ਕੀ ਸੀ, ਉਰੇ ਨਾ ਇੱਕ ਪੱਥਰ ਨੂੰ ਤਰਾਸ਼ ਕੇ ਬਹੁਤ ਵੱਡੀ ਜਗ੍ਹਾ ਬਣਾਈ ਹੋਈ ਸੀ। ਜਿਹੜਾ ਬਰਸਾਤੀ ਮੀਂਹ ਪੈਂਦਾ ਸੀਗਾ ਉਹ ਪਾਣੀ ਉਹਦੇ ਵਿੱਚ ਇਕੱਠਾ ਹੋ ਜਾਂਦਾ ਸੀ, ਅਤੇ ਜਿਸ ਸਮੇਂ ਦੇ ਵਿੱਚ ਕੋਈ ਪਾਣੀ ਦੀ ਪ੍ਰੋਬਲਮ ਜਾਂ ਦਿੱਕਤ ਪਰੇਸ਼ਾਨੀ ਆਉਂਦੀ ਸੀ ਤਾਂ ਇਹ ਪਾਣੀ ਵਰਤ ਲਿਆ ਜਾਂਦਾ ਸੀ, ਉਹਨੂੰ ਤਾਲ ਕਹਿੰਦੇ ਹੁੰਦੇ ਸੀ। ਅਤੇ ਉਸੇ ਦੀ ਤਵੱਜੋ 'ਤੇ ਗੁਰੂ ਕਾ ਤਾਲ ਇਹਦਾ ਸਥਾਨ ਦਾ ਨਾਂ ਰੱਖਿਆ ਗਿਆ ਜੀ। ਉਹ ਗੁਰਦੁਆਰਾ ਸਾਹਿਬ ਆ ਜੋ ਨੇੜੇ ਆ ਕੇ ਤੁਹਾਨੂੰ ਦਰਸ਼ਨ ਕਰਾਉਂਦੇ ਜੀ। ਇਹ ਜਿਹੜਾ ਸਥਾਨ ਆ ਨਾ ਸੰਤ ਸਾਧੂ ਸਿੰਘ ਜੀ ਮੋਨੀ ਜੀ ਦਾ ਸਥਾਨ ਆ, ਜਾਣੀ ਇਹ ਬਾਬਾ ਜੀ ਨੇ ਜਿਹੜੀ ਇਹ ਸਾਰੀ ਸੇਵਾ ਕਰਾਈ ਆ, ਇਹ ਬਾਬਾ ਜੀ ਨੇ ਸੇਵਾ ਕਰਾਈ ਆ ਇਸ ਸਥਾਨ ਦੀ। ਇਹ ਉਹ ਬਾਬਾ ਜੀ ਦਾ ਅੰਗੀਠਾ ਸਾਹਿਬ ਆ ਉਹਦੇ। ਇਹ ਉਹ ਸਥਾਨ ਆ ਜਿੱਥੇ ਨੌਵੇਂ ਪਾਤਸ਼ਾਹ ਨੇ ਗ੍ਰਿਫਤਾਰੀ ਦਿੱਤੀ ਸੀਗੀ। ਜਿਸ ਟਾਈਮ ਹਿੰਦੂ ਧਰਮ ਦੀ ਰਕਸ਼ਾ ਦੇ ਵਾਸਤੇ ਦਿੱਲੀ ਸ਼ਹੀਦ ਦੇਣ ਵਾਸਤੇ ਆਇਆ, ਅੱਛਾ ਜੀ, ਉਹ ਇਹ ਜਗ੍ਹਾ ਤੋਂ ਗ੍ਰਿਫਤਾਰ ਹੋ ਗਏ। ਅੱਛਾ, ਇਸ ਜਗ੍ਹਾ ਤੋਂ ਗ੍ਰਿਫਤਾਰ ਹੋ ਗਏ। ਹਾਂਜੀ ਹਾਂਜੀ। ਔਰੰਗਜ਼ੇਬ ਨੇ ਇਨਾਮ ਰੱਖਿਆ ਸੀ ਵੀ ਜਿਹੜਾ ਕੋਈ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗ੍ਰਿਫਤਾਰ ਕਰਾਓ ਉਹਨੂੰ 500 ਸੋਨੇ ਦੀ ਮੋਹਰ ਇਨਾਮ। ਠੀਕ। ਇੱਥੇ ਇੱਕ ਕਰੇਟੇ ਪਿੰਡ ਦਾ ਰਹਿਣ ਵਾਲਾ ਇੱਕ ਹਸਨ ਅਲੀ ਨਾਂ ਦਾ ਮੁਸਲਮਾਨ ਸੀ, ਜਿਹੜਾ ਕਿ ਅਤਿ ਗਰੀਬ ਬੰਦਾ ਸੀ। ਜਦੋਂ ਔਰੰਗਜ਼ੇਬ ਦੇ ਇਨਾਮ ਦੀ ਖਬਰ ਸੁਣੀ ਉਹਨੇ ਆਪਣੇ ਸੱਚੇ ਦਿਲੋਂ ਅਰਦਾਸ ਕੀਤੀ ਕਿ ਗੁਰੂ ਸਾਹਿਬ ਤੁਸੀਂ ਤਾਂ ਗ੍ਰਿਫਤਾਰ ਹੋਣਾ ਹੀ ਹੋਣਾ, ਜੇ ਤੁਸੀਂ ਸਾਡੇ ਹੱਥੋਂ ਗ੍ਰਿਫਤਾਰ ਹੋ ਜਾਓ ਤਾਂ ਮੇਰੀ ਗਰੀਬੀ ਦੂਰ ਹੋ ਜੂ, ਮੈਨੂੰ ਔਰੰਗਜ਼ੇਬ ਦੇ ਇਨਾਮ।
ਉਹਦੀ ਅਰਦਾਸ ਗੁਰੂ ਸਾਹਿਬ ਨੇ ਆਨੰਦਪੁਰ ਸਾਹਿਬ ਬੈਠਿਆਂ ਨੇ ਪ੍ਰਵਾਨ ਕੀਤੀ। ਉੱਥੋਂ ਚਾਲੇ ਪਾਏ ਇਹ ਜ਼ਿਆਦਾ ਤਿਆਗ ਬੈਠੇ ਅਤੇ ਨਹੀਂ ਦਿੱਲੀ ਤਾਂ ਇੱਥੋਂ 200 ਕਿਲੋਮੀਟਰ ਪਿੱਛੇ ਆ, ਇੱਥੋਂ ਕਿਉਂ ਪਹੁੰਚੇ? ਉਹਦੀ ਗਰੀਬੀ ਦੂਰ ਕਰਨ ਵਾਸਤੇ ਇਹ ਜ਼ਿਆਦਾ ਤਿਆਗ ਬੈਠੇ। ਜੰਗਲ ਸੀ ਉਸ ਟਾਈਮ, ਉਹ ਇੱਥੇ ਆਪਣੀਆਂ ਭੇਡਾਂ ਬੱਕਰੀਆਂ ਚਾਰ ਰਿਹਾ ਸੀ। ਗੁਰੂ ਸਾਹਿਬ ਨੇ ਉਹਨੂੰ ਆਪਣੇ ਕੋਲ ਬੁਲਾਇਆ ਕਿ ਕੁਛ ਸਾਨੂੰ ਖਾਣ ਵਾਸਤੇ ਲੈ। ਉਹ ਕਹਿੰਦਾ ਜੀ ਮੈਂ ਤਾਂ ਬਹੁਤ ਗਰੀਬ ਬੰਦਾ, ਮੇਰੇ ਕੋਲ ਕੋਈ ਪੈਸਾ ਨਹੀਂ। ਫਿਰ ਗੁਰੂ ਸਾਹਿਬ ਨੇ ਆਪਣੀ ਮੁੰਦਰੀ 'ਤੇ ਇੱਕ ਦਸਾਲਾ ਉਹਨੂੰ ਦੇ ਦਿੱਤਾ ਮੁਸਲਮਾਨ। ਹਾਂਜੀ ਅੱਛਾ, ਵੀ ਇਹ ਦੋਵੇਂ ਚੀਜ਼ਾਂ ਬਾਜ਼ਾਰ ਦੇ ਵਿੱਚ ਲੈ ਜਾ, ਇਹ ਦੇ ਆ ਵੀ ਸਾਨੂੰ ਕੁਛ ਖਾਣ ਵਾਸਤੇ। ਉਹ ਗੁਰੂ ਸਾਹਿਬ ਨੇ ਇੱਕ ਕੌਤਕ ਬਣਾਇਆ ਸੀ, ਉਹਦੀ ਅਰਦਾਸ ਕੁਰਬਾਨ ਹੋਈ ਸੀ ਵੀ ਇਹਦੇ ਹੱਥੋਂ ਸਾਡੀ ਖਬਰ ਪਹੁੰਚੇ। ਜਦੋਂ ਉਹ ਦੋਵੇਂ ਚੀਜ਼ਾਂ ਲੈ ਕੇ ਗਿਆ ਅਤੇ ਉਹ ਨਾ ਮੰਨੇ ਵੀ ਇੰਨੀ ਕੀਮਤੀ ਚੀਜ਼ਾਂ ਨੂੰ ਕਿੱਥੋਂ ਲੈ ਕੇ ਆਏ? ਉਹ ਕਹਿੰਦੇ ਜੀ ਉੱਥੇ ਜੰਗਲ ਦੇ ਵਿੱਚ ਸਾਧੂ ਆਇਆ, ਉਹਨਾਂ ਦੀਆਂ ਦੋ ਨਿਸ਼ਾਨੀਆਂ ਨੇ, ਤੁਸੀਂ ਰੱਖ ਲਓ ਉਹਨਾਂ ਨੂੰ ਖਾਣ ਵਾਸਤੇ। ਉਹਨਾਂ ਨੇ ਉਹਦੇ ਉੱਤੇ ਇਲਜ਼ਾਮ ਵੀ ਲਾ ਤਾ ਵੀ ਕਿਤੇ ਚੋਰੀ ਕਰਕੇ ਲੈ ਆਇਆ ਹੋਣਾ। ਅਤੇ ਉਹਨਾਂ ਨੇ ਕੋਤਵਾਲ ਦੇ ਵਿੱਚ ਖਬਰ ਕਰ ਦਿੱਤੀ, ਔਰੰਗਜ਼ੇਬ ਨੂੰ ਖਬਰ ਕਰ ਦਿੱਤੀ। ਫਿਰ ਔਰੰਗਜ਼ੇਬ ਨੇ ਇੱਥੋਂ ਭਾਰੀ ਫੌਜਾਂ ਦੇ ਨਾਲ ਇਹ ਜਗ੍ਹਾ ਤੋਂ ਗ੍ਰਿਫਤਾਰ। ਹਾਂਜੀ, ਇੱਥੋਂ ਗ੍ਰਿਫਤਾਰ ਹੋ ਕੇ ਜਿਹੜਾ ਇਨਾਮ ਰੱਖਿਆ ਸੀ ਗੁਰੂ ਸਾਹਿਬ ਨੇ ਉਸ ਗਰੀਬ ਆਦਮੀ ਨੂੰ ਆਪਦੇ ਹੱਥੀਂ ਇਨਾਮ ਦਵਾ ਦਿੱਤਾ। ਫਿਰ ਉੱਥੇ ਭੋਰਾ ਸਾਹਿਬ ਦੇ ਵਿੱਚ 9 ਦਿਨ ਨਜ਼ਰ ਬੰਦ ਰਹੇ ਸੀ। 9 ਦਿਨਾਂ ਤੋਂ ਬਾਅਦ ਫਿਰ ਉਹਨਾਂ ਨੂੰ ਪਿੰਜਰੇ ਦੇ ਵਿੱਚ ਦਿੱਲੀ ਲਿਆ ਗਿਆ ਸੀ। ਇੱਥੇ ਆਖਰੀ ਚਰਨ ਪਾ ਕੇ ਇੱਥੇ ਪਾਣੀ ਜਿਹੜਾ ਉਸ ਟਾਈਮ ਖੂਹਾਂ ਦਾ ਪਾਣੀ ਸੀ ਉਹ ਖਾਰਾ ਸੀ, ਗੁਰੂ ਸਾਹਿਬ ਦੀ ਕਿਰਪਾ ਹੋਈ ਪਾਣੀ ਮਿੱਠਾ ਹੋਇਆ। ਇਸ ਧਰਤੀ ਨੂੰ ਭਾਗ ਲੱਗਣੇ ਸੀ ਉਹਦੀ ਗਰੀਬੀ ਦੂਰ ਕਰਨ ਵਾਸਤੇ। ਆਗਰੇ ਦੇ ਵਿੱਚ ਪਾਣੀ ਇਸ ਟਾਈਮ ਵੀ ਖਾਰਾ, ਜਿਹੜੇ ਗੁਰੂ ਸਾਹਿਬ ਦੇ ਚਰਨ ਪਏ ਨੇ, ਜਿਹੜੇ ਗੁਰਦੁਆਰਾ ਸਾਹਿਬ ਦੀ ਬਾਉਂਡਰੀ ਆ, ਜਿੰਨੇ ਵੀ ਅੰਦਰ ਬੋਰ ਨੇ ਸਾਰਾ ਪਾਣੀ ਮਿੱਠਾ। ਅੱਛਾ, ਆਹ ਜਿਹੜਾ ਆਪਾਂ ਹੁਣ ਛੱਕਦੇ ਹਾਂ ਪਾਣੀ ਮਿੱਠਾ, ਆਗਰੇ ਦੇ ਵਿੱਚ ਪਾਣੀ ਖਾਰਾ ਦਾ ਸਾਰਾ। ਅੱਛਾ, ਗੁਰੂ ਸਾਹਿਬ ਦੀ ਕਿਰਪਾ ਹੋਈ ਇੱਥੇ ਆਖਰੀ ਚਰਨ ਪਾ ਦਿੱਤੇ। ਗੁਰਦੁਆਰਾ ਸਾਹਿਬ ਵਿੱਚ ਨਾ ਖੁੱਲ੍ਹੀ ਪਾਰਕਿੰਗ ਬਣੀ ਹੋਈ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਤੁਸੀਂ ਸਥਾਨ ਦੇਖ ਰਹੇ ਹੋ ਉਹ ਸਥਾਨ ਦੇ ਉੱਤੇ ਉਹ ਜਗ੍ਹਾ ਬਣੀ ਹੋਈ ਆ, ਭੋਰਾ ਸਾਹਿਬ ਬਣਿਆ ਹੋਇਆ, ਜਿੱਥੇ ਮਹਾਰਾਜ ਨੂੰ ਨਵੇਂ ਪਾਤਸ਼ਾਹ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਨਜ਼ਰਬੰਦ ਕੀਤਾ ਗਿਆ ਸੀ 9 ਦਿਨ ਬਾਅਦ। ਮਾਨ ਹਾਲ ਆ, ਕਿਸੇ ਨੇ ਵਿਆਹ ਕਰਨਾ ਹੁੰਦਾ ਆ ਜਾਂ ਕੋਈ ਧਾਰਮਿਕ ਸਮਾਗਮ ਕਰਾਉਣਾ ਹੁੰਦਾ ਉਹਦੇ ਲਈ ਜਗ੍ਹਾ ਦੇ ਦਿੱਤੀ ਜਾਂਦੀ ਆ। ਬਹੁਤ ਵੱਡਾ ਬਣਿਆ ਹੋਇਆ ਆ ਇਹ ਭਾਈ ਨੰਦ ਲਾਲ ਜੀ ਦੀਵਾਨ ਹਾਲ, ਜਾਣੀ ਸੁਵਿਧਾ ਹੈਗੀ ਆ ਉਹਦੀ। ਇਹ ਮੇਨ ਦਰਬਾਰ ਸਾਹਿਬ ਆ, ਬਹੁਤ ਸੋਹਣਾ ਬਣਿਆ ਹੋਇਆ ਦਰਬਾਰ ਸਾਹਿਬ ਆ। ਅੰਦਰ ਸਾਰਾ ਪਿੱਲਰਾਂ ਦੇ ਉੱਤੇ ਬਣਿਆ, ਬਹੁਤ ਸੋਹਣਾ ਬਣਿਆ ਹੋਇਆ ਦਰਬਾਰ ਸਾਹਿਬ ਆ। ਇਸ ਅਸਥਾਨ ਦੇ ਉੱਤੇ ਨਾ 24 ਘੰਟੇ ਲੰਗਰ ਵਰਤਦਾ ਆ, ਆਉਣ ਜਾਣ ਵਾਲੀ ਸੰਗਤ ਕਿਸੇ ਵੀ ਟਾਈਮ ਲੰਗਰ ਛਕ ਸਕਦੀ ਆ। ਚਾਹ ਦਾ ਪ੍ਰਬੰਧ ਵੀ ਕੀਤਾ ਹੋਇਆ ਆ ਜੀ ਉਰੇ। ਹੱਥ ਜੋੜ ਕੇ ਬੇਨਤੀ ਆ ਵੀ ਪ੍ਰਸ਼ਾਦਾ ਓਨਾ ਹੀ ਲਓ ਜਿੰਨਾ ਛਕਣਾ ਹੁੰਦਾ, ਝੂਠ ਨਾ ਛੱਡੋ, ਬਸ ਇਹ ਜ਼ਰੂਰੀ ਆ ਜੀ। ਸਾਫ਼ ਸਫਾਈ ਦਾ ਵੀ ਪੂਰਾ ਧਿਆਨ ਰੱਖਿਆ ਜਾਂਦਾ ਜੀ। ਇਹ ਆ ਜੀ ਉਹ ਭੋਰਾ ਸਾਹਿਬ ਜਿੱਥੇ ਮਹਾਰਾਜ ਨੂੰ ਨੌਵੇਂ ਪਾਤਸ਼ਾਹ ਨੂੰ 9 ਦਿਨ ਲਈ ਨਜ਼ਰਬੰਦ ਕੀਤਾ ਗਿਆ ਸੀਗਾ ਜੀ, ਗ੍ਰਿਫਤਾਰ ਕਰਨ ਤੋਂ ਬਾਅਦ ਜੀ। ਇਹ ਭੋਰਾ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਜੀ ਤੁਸੀਂ। ਇੱਕ ਤੁਸੀਂ ਇਹ ਗੱਲ ਦੇਖੋ ਵੀ ਇਹ ਭੋਰਾ ਸਾਹਿਬ ਦੇ ਵਿੱਚ ਨਾ ਜਿਹੜੀਆਂ ਕੰਧਾਂ ਨੇ ਦੇਖੋ ਕਿੰਨੀਆਂ ਕਿੰਨੀਆਂ ਚੌੜੀਆਂ ਨੇ, ਥੋੜ੍ਹਾ ਧਿਆਨ ਦੇ ਕੇ ਦੇਖੋ ਦੇਖੋ ਕਿੰਨੀਆਂ ਚੌੜੀਆਂ ਕੰਧਾਂ ਨੇ ਇਹ।
ਇਹ ਆ ਜੀ ਉਹ ਪੁਰਾਤਨ ਖੂਹ ਜਿਹਦਾ ਪਾਣੀ ਕਦੇ ਖਾਰਾ ਹੁੰਦਾ ਸੀ ਪਰ ਨੌਵੇਂ ਪਾਤਸ਼ਾਹ ਦੇ ਪਾਣੀ ਪੀਣ ਤੋਂ ਬਾਅਦ ਇਹ ਪਾਣੀ ਮਿੱਠਾ ਹੋ ਗਿਆ ਜੀ ਅਤੇ ਅੱਜ ਤੱਕ ਪਾਣੀ ਇਸ ਖੂਹ ਦਾ ਮਿੱਠਾ ਆਇਆ ਜੀ। ਬਾਕੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਘੰਟੀ ਵਾਲਾ ਬਟਨ ਜ਼ਰੂਰ ਦੱਬਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।